हाँ जी, हेलो बच्चों, फाउंडेशन मैथ दे अगले लेक्चर ते आ गए जी। तो डिकोल फाउंडेशन मैथ किना ली है, जिना ली मर्जी है, 6वीं 7वीं 8वीं 9वीं, जिनू कुछ नहीं आता वो सीख लो, गल खत्म है। तो डिकोल सो फाउंडेशन का मतलब ही है हुंदा तो डिकोल भी जेड़ा हैगा है भी जेड़ियां चीजें साड़ियां कितने मिस हो गई करोने करके। वैसे बच्चे होशियार होंगे है, ਬਸ ਕਰੋਨੇ ਕਰਕੇ ਕਲਾਸਾਂ ਕਲੂਸਾਂ ਕਰਕੇ ਕੁਝ ਚੀਜ਼ਾਂ ਆਪਣਾ ਗੈਪ ਪੈ ਗਿਆ, ਉਹ ਗੈਪ ਆਪਾਂ ਕਵਰ ਕਰ ਰਹੇ ਹਾਂ ਤੁਹਾਡੇ ਕੋਲ। ਬਸ ਗੱਲ ਖਤਮ ਹੈ, ਠੀਕ ਹੈ ਜੀ। ਹੁਣ ਆਪਾਂ ਨੇ ਪਿਛਲੀ ਵਾਰ ਉਚਿਤ ਭਿੰਨ ਤੇ ਅਣਉਚਿਤ ਭਿੰਨ ਪੜ੍ਹ ਲਈ ਸੀਗੀ, ਹੁਣ ਆਪਾਂ ਨੇ ਪੜ੍ਹਨੀ ਹੈ ਜੀ ਮਿਕਸ ਫ੍ਰੈਕਸ਼ਨ, ਠੀਕ ਹੈ ਜੀ। ਇਹਨੂੰ ਕਹਿੰਦੇ ਮਿਸ਼ਰਤ ਭਿੰਨ, ਮਿਸ਼ਰਤ ਭਿੰਨ ਆਪਾਂ ਇੰਗਲਿਸ਼ 'ਚ ਕਹਿੰਦੇ ਹਾਂ ਮਿਕਸਡ ਫ੍ਰੈਕਸ਼ਨ। ਹੁਣ ਆਪਾਂ ਇੱਕ ਅਣਉਚਿਤ ਭਿੰਨ ਲੈ ਲਈ ਤੁਹਾਡੇ ਕੋਲ, ਅਣਉਚਿਤ ਭਿੰਨਾਂ ਨੂੰ ਮਿਸ਼ਰਤ ਭਿੰਨਾਂ, ਆਹ ਸਿਰਫ ਇੱਕ ਚੀਜ਼ ਲਿਖ ਲਿਓ ਉਰੇ, ਆ ਨੋਟ ਪਾ ਲਿਓ, ਆਣ ਉਚਿਤ ਭਿੰਨਾਂ ਨੂੰ ਮਿਸ਼ਰਤ ਭਿੰਨਾਂ ਵਿੱਚ ਬਦਲਿਆ ਜਾਂਦਾ ਹੈ। ਉਦਾਹਰਣ ਲੈ ਲਈ ਆਪਾਂ ਨੇ, ਮੰਨ ਲਓ ਉਹਨੇ 11/6 ਲੈ ਲਿਆ, 11 ਅੰਦਰ ਰੱਖਿਆ 6 ਦੇ ਭਾਗ, 6 * 6 ਪਿੱਛੇ ਬਚ ਗਿਆ 5, ਸਾਨੂੰ ਪਤਾ ਲਿਆ ਇੱਕ ਸਹੀ 5/6। ਸੋ 1 ਸਹੀ 5/6 ਇਹਨੂੰ ਲਿਖਣਾ ਹੈਗਾ ਤੁਹਾਡੇ ਕੋਲ। ਸੋ ਖਿਆਲ ਕੀ ਰੱਖਣਾ ਹੈਗਾ ਤੁਹਾਡੇ ਕੋਲ ਜਿਹੜਾ ਹੈਗਾ ਹੈ, ਠੀਕ ਹੈ, ਜੇ ਆਪਾਂ ਤਰੀਕਾ ਯਾਦ ਰੱਖੀਏ, ਪਹਿਲੇ ਨੰਬਰ 'ਤੇ ਆ ਆਇਆ, ਠੀਕ ਹੈ ਜੀ, ਜਿਹਦੇ ਨਾਲ ਆਪਾਂ ਜਿਹੜਾ ਹੈਗਾ ਤੁਹਾਡੇ ਕੋਲ ਇਹ ਵਾਲੀ ਚੀਜ਼ ਕੀ ਹੈ ਤੁਹਾਡੀ, ਇਹ ਤੁਹਾਡਾ ਭਾਗਫਲ ਹੈ, ਠੀਕ ਹੈ ਜੀ। ਤੇ ਜਿਹੜਾ ਹੈਗਾ ਤੁਹਾਡੇ ਕੋਲ ਇਹ ਇੱਥੇ ਲਿਖਿਆ ਮੈਂ, ਠੀਕ ਹੈ। ਸੋ ਇਹਦਾ ਮਤਲਬ ਤੁਸੀਂ ਭਾਗਫਲ ਪਹਿਲਾਂ ਲਿਖਣਾ, ਫਿਰ ਬਾਕੀ ਲਿਖਣਾ, ਨੀਚੇ ਜਿਹਨੇ ਡਿਵਾਈਡ ਕੀਤਾ ਭਾਜਕ, ਠੀਕ ਹੈ, ਜਾਂ ਹਰ ਕਹਿ ਲਓ, ਠੀਕ ਹੈ। ਖਿਆਲ ਰੱਖ ਲਿਆ ਜੀ ਤੁਸੀਂ, ਆਹ ਵਾਲੀ ਚੀਜ਼ ਭਾਗਫਲ ਹੋਊਗੀ, ਆਹ ਬਾਕੀ ਹੋਊਗਾ, ਆਹ ਭਾਜਕ ਹੋਊਗਾ, ਭਾਜਕ ਕਹਿ ਲਓ ਜਾਂ ਹਰ ਕਹਿ ਲਓ। ਸੋ ਜਿਹੜਾ ਹੈਗਾ ਤੁਹਾਡੇ ਕੋਲ ਤਾਂ ਆਪਾਂ ਇੱਦਾਂ ਲਿਖ ਲਿਆ, ਮੰਨ ਲਓ ਆਪਣੇ ਕੋਲ 15/2 ਆ ਗਿਆ, 2 × 7 = 14 ਇੱਕ ਆ ਗਿਆ। ਤਾਂ ਪਹਿਲਾਂ ਭਾਗਫਲ ਲਿਖਣਾ 7 ਸਹੀ, ਬਾਕੀ ਲਿਖਣਾ 1, ਜਿਹਨੇ ਭਾਗ ਕੀਤਾ 2, 7 ਸਹੀ 1/2। ਸੋ ਪਹਿਲੀ ਐਗਜ਼ਾਮਪਲ ਹੋ ਗਈ ਜੀ, ਦੂਜੀ ਐਗਜ਼ਾਮਪਲ ਹੋ ਗਈ, ਫਿਰ ਦੇਖੀਏ ਆਪਾਂ ਤੀਸਰੀ, ਮੰਨ ਲਓ 20/7 ਆ ਜਾਂਦਾ, 20 ਅੰਦਰ ਰੱਖਿਆ 7 ਤੇ ਭਾਗ, 7 × 14 ਕਿੰਨਾ ਬਚ ਗਿਆ, 6। ਤਾਂ ਪਹਿਲਾਂ 2 ਲਿਖਾਂਗੇ, 2 ਸਹੀ 6/7, ਠੀਕ ਹੈ ਜੀ। ਸੋ ਮੇਰਾ ਖਿਆਲ ਹੈ ਜੀ ਸਾਰਿਆਂ ਨੂੰ ਲਿਖਣਾ ਆ ਗਿਆ। ਹੁਣ ਮਿਸ਼ਰਤ ਭਿੰਨ ਤੋਂ ਅਣਉਚਿਤ ਭਿੰਨ ਤੇ ਜਾਣਾ ਹੋਵੇ ਫਿਰ ਕਿਵੇਂ ਕਰਾਂਗੇ, ਹੁਣ ਉਲਟਾ ਚੱਲੀਏ ਤੁਹਾਡੇ ਕੋਲ, ਮਿਸ਼ਰਤ ਭਿੰਨ ਨੂੰ ਅਣਉਚਿਤ ਭਿੰਨ ਵਿੱਚ ਆਪਾਂ ਨੇ ਬਦਲਣਾ ਹੈਗਾ ਤੁਹਾਡੇ ਕੋਲ। ਸੋ ਮਿਸ਼ਰਤ ਭਿੰਨ ਲੈ ਲਈ, ਸੋ ਮਿਸ਼ਰਤ ਭਿੰਨ ਹੈਗੀ ਹੈ ਇਹਨੂੰ ਅਣਉਚਿਤ 'ਚ ਲੈ ਕੇ ਜਾਣਾ, ਯਾਨੀ ਕਿ ਮਿਕਸਡ ਫ੍ਰੈਕਸ਼ਨ ਹੈਗੀ ਹੈ ਤੁਹਾਡੇ ਕੋਲ, ਇਹਨੂੰ ਆਪਾਂ ਇੰਪ੍ਰੋਪਰ ਫ੍ਰੈਕਸ਼ਨ 'ਚ ਲੈ ਕੇ ਜਾਣਾ। ਤੋ 2 ਸਹੀ 1/3, ਸੋ ਪਹਿਲਾਂ ਆਹ 2 ਨੇ ਇਹਦੇ ਨਾਲ ਗੁਣਾ ਖਾਣੀ ਹੈ, ਠੀਕ ਹੈ, ਕਿੰਨਾ ਆਂਸਰ ਆ ਗਿਆ, 6, ਉੱਪਰਲਾ ਜੋੜ ਦੇਣਾ, ਕਿੰਨਾ ਆਂਸਰ ਆ ਗਿਆ, 7, ਸੋ 7/2 ਹੀ ਲਿਖਣਾ, ਠੀਕ ਹੋ ਗਿਆ ਜੀ। ਮੇਰਾ ਖਿਆਲ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਹੈਗੀ ਤੁਹਾਡੇ ਕੋਲ, ਆਰਾਮ ਨਾਲ ਸਮਝ ਸਕਦਾ, ਫਿਰ ਵੀ ਨਾ ਸਮਝ ਆਏ ਕਿਸੇ ਨੂੰ ਕਮੈਂਟ ਲੱਗ ਕੇ ਦੱਸ ਦਿਓ, ਹੋਰ ਲੈਕਚਰ ਬਣਾ ਦਾਂਗੇ। ਸੋ 5 ਨੇ 4 ਨਾਲ ਗੁਣਾ ਖਾਣੀ ਹੈ, 5 × 20, ਉੱਪਰਲਾ 3 ਜੋੜ ਦੋ, 20 ਤੇ 3 ਕਿੰਨਾ ਹੋ ਗਿਆ, 23, 23/4 ਆ ਵਾਲਾ ਬਟਾ, ਠੀਕ ਹੈ ਜੀ। ਸੋ ਫਿਰ ਲੈ ਲਈਏ ਜੀ ਐਗਜ਼ਾਮਪਲ, ਤੋ 4 ਸਹੀ 3/5, ਤੋ 4 ਸਹੀ 3/5, ਤੋ 4 ਨੇ 5 ਨਾਲ ਗੁਣਾ ਖਾ ਲੈਣੀ ਹੈ, ਠੀਕ ਹੈ, ਉਹ 5 ਸਹੀ ਸੀਗਾ, 4 ਸਹੀ ਹੈ, ਕੋਈ ਫਰਕ ਤਾਂ ਹੈ ਨਹੀਂ ਗਾ। ਤੋ 4 ਸਹੀ, 4 ਨੇ 5 ਨਾਲ ਖਾਧੀ 20, ਪਲੱਸ ਉੱਪਰਲਾ ਕਰਨਾ 23, ਸੋ ਆਂਸਰ ਆ ਗਿਆ 23/5, ਆ 23/4 ਸੀਗਾ, ਬਸ ਆਹੀ ਫਰਕ ਹੈ, ਠੀਕ ਹੈ ਜੀ। ਸੋ ਮੇਰਾ ਖਿਆਲ ਹੈ ਜੀ ਹੁਣ ਤੁਸੀਂ, ਕੋਈ ਬੱਚਾ ਐਸਾ ਨਹੀਂ ਹੋਏਗਾ ਜਿਹੜਾ ਕਹੇਗਾ ਕਿ ਮੇਰੇ ਤੋਂ ਮਿਸ਼ਰਤ ਭਿੰਨ ਨਹੀਂ ਭੰਨੀ ਗਈ ਜੀ ਤੁਹਾਡੇ ਕੋਲ। 8 × 7 = 56, 2 × 2 = 58, ਠੀਕ ਹੈ ਜੀ। ਸੋ ਇਹ ਵਾਲੀ ਚੀਜ਼ ਹੋ ਗਈ ਤੁਹਾਡੇ ਕੋਲ। ਸੋ ਆਪਾਂ ਨੇ ਜਿਹੜਾ ਹੈਗਾ ਇਹ ਕਰ ਲੈਣਾ ਹੈਗਾ, ਇਹ ਤੋਂ ਬੜਾ ਠੀਕ ਠਾਕ ਜਿਹੜਾ ਹੈਗਾ ਇਹ ਆਪਣਾ ਤਰੀਕਾ ਹੈਗਾ।
सो मेरा ख्याल है जी तो मिश्रत बिन जे पापा आवलियां चक लिए, चलो आवली चकिए, 2 सही 6/7, ठीक है। सो आप 2 सही 6/7, तो 7 में 2 ना गुणा करोगे 14, 6 जोड़ोगे 20, सो 20/7 आ जाएगा। तुसी देखो इत्थे आप 20/7 की आ बनाई सी, ये तो वापस गए तो 20/7 आ, ठीक है जी। सो मिश्रत बिना थोनों सेट करनी आ गया जी, तो इतने तक हो गया तो लाइक जरूर कर दियो, लाइक तो बनता है तो को, अगर हाले तक सब्सक्राइब नहीं किया तो कर दियो तो को, ठीक है जी, थैंक यू।